ਇੰਦਰਪਾਲ ਸਿੰਘ ਜੀ, ਮੈਂ ਜ਼ੀਰਕਪੁਰ ਤੋਂ ਹਾਂ। ਅੱਜ ਪ੍ਰਕਾਸ਼ ਪੁਰਬ ਹੈ ਮਹਾਰਾਜ ਜੀ ਦਾ। ਸਾਰੀ ਮਨੁੱਖਤਾ ਨੂੰ ਅਸੀਂ ਵਧਾਈ ਦੇਣਾ ਚਾਹੁੰਦੇ ਹਾਂ। ਅੱਜ ਇਹਨਾਂ ਦਿਨਾਂ 'ਚ ਕੋਵਿਡ ਦਾ ਬੜਾ ਵੱਡਾ ਪ੍ਰਕੋਪ ਹੈ, ਪੂਰੀ ਦੁਨੀਆ 'ਤੇ ਛਾਇਆ ਹੋਇਆ, ਔਰ US ਅਤੇ ਕੈਨੇਡਾ ਜਿਹੜੀ ਬਰਫ਼ਬਾਰੀ ਹੋ ਰਹੀ ਹੈ, ਜਿਹਦੇ ਨਾਲ ਕਿੰਨੀ ਦੁਨੀਆ ਜਿਹੜੀ ਹੈ ਉਹ ਸੰਕਟ ਵਿੱਚ ਹੈ। ਭਾਰਤ, ਉੱਤਰੀ ਭਾਰਤ ਵਿੱਚ ਵੀ ਬਹੁਤ ਕੜਾਕੇ ਦੀ ਸਰਦੀ ਆ, ਔਰ ਪਰਮਾਤਮਾ ਦੇ ਅੱਗੇ ਇਹ ਅਰਦਾਸ ਕਰੀਦਾ ਕਿ ਵੀ ਸਾਰੀ ਮਨੁੱਖਤਾ ਦੇ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖੇ। ਅੱਜ ਪ੍ਰਕਾਸ਼ ਪੁਰਬ ਵੀ ਹੈਗਾ ਮਹਾਰਾਜ ਦਾ, ਅਸੀਂ ਉਹਨਾਂ ਦੇ ਬੜਾ ਮਹਾਨ ਤੀਰਥ ਸਥਾਨ ਹੈ ਇਹ, ਅਸੀਂ ਇੱਥੇ ਆਏ ਸੀਗੇ ਦਰਸ਼ਨ ਕਰਨ ਲਈ ਸਹਿਤ ਪਰਿਵਾਰ, ਔਰ ਆਤਿਸ਼ਬਾਜ਼ੀ ਵੀ ਹੋਈ ਹੈ ਅੱਜ, ਔਰ ਸਾਰਾ ਪ੍ਰਬੰਧ ਜਿਹੜਾ ਬੜਾ ਬਹੁਤ ਅੱਛਾ ਸੀਗਾ। ਹਾਲਾਂਕਿ ਮੌਸਮ ਥੋੜ੍ਹਾ ਜਿਹਾ ਅੱਜ ਖਰਾਬ ਆ, ਲੇਕਿਨ ਫਿਰ ਵੀ ਸਟਿਲ ਬਹੁਤ ਅੱਛਾ ਪ੍ਰਬੰਧ ਸੀਗਾ, ਔਰ ਲੰਗਰ ਤੱਕ ਦਾ, ਔਰ ਜੋੜਾ ਘਰ ਤੋਂ ਲੈ ਕੇ ਅੰਦਰ ਲੰਗਰ ਤੱਕ ਦਾ, ਔਰ ਮਹਾਰਾਜ ਦਾ ਜਿਹੜਾ ਸਜਾਵਟ ਹੈਗੀ ਪੂਰੇ ਗਲਿਆਰੇ ਦੀ, ਬਹੁਤ ਕਮਾਲ ਦੀ ਹੈ। ਇੱਥੇ ਆ ਕੇ ਸਕੂਨ ਮਿਲਦਾ ਹੈ, ਇੱਥੇ ਜੋ ਤੁਸੀਂ ਜੋ ਇੱਥੇ ਮਹਿਸੂਸ ਕਰ ਸਕਦੇ ਹੋ ਪੂਰੀ ਦੁਨੀਆ 'ਚ ਕਿਤੇ ਨਹੀਂ ਮਹਿਸੂਸ ਕਰ ਸਕਦੇ। ਦੀਪਮਾਲਾ ਜਲੋਸ ਸਾਹਿਬ ਬਹੁਤ ਅੱਛਾ, ਹਰ ਚੀਜ਼ ਤੁਸੀਂ ਇੱਕ ਮਨਿਊਟਲੀ ਤੁਸੀਂ ਕੋਈ ਵੀ ਚੀਜ਼ ਦੇਖ ਲਓ, ਇੱਥੇ ਬਹੁਤ ਤਰੀਕੇ ਸਲੀਕੇ ਨਾਲ ਪ੍ਰਬੰਧ ਹੈ। ਇੰਨੀ ਦੁਨੀਆ ਆਉਂਦੀ ਹੈ ਫਿਰ ਵੀ ਬਹੁਤ ਅੱਛਾ ਪ੍ਰਬੰਧ ਹੈ। ਇੰਨਾ ਪ੍ਰਬੰਧ ਜਿਹੜਾ ਹੈ ਬੜਾ ਹੀ ਇੱਕ ਵੱਡਾ ਪੁੰਨ ਦਾ ਕੰਮ ਹੁੰਦਾ ਹੈ। ਇੰਨੀ ਜਨਤਾ ਲੰਗਰ ਛਕਦੀ ਹੈ, ਦੂਰ ਦੂਰ ਤੋਂ ਆਈ ਹੋਈ ਹੁੰਦੀ ਹੈ ਦੁਨੀਆ, ਔਰ ਨੌਰਥ ਇੰਡੀਆ ਦਾ ਮਹਾਨ ਵੱਡਾ ਤੀਰਥ ਹੈ, ਪੂਰੀ ਦੁਨੀਆ ਦਾ ਹੀ ਇਹ ਮਨੁੱਖਤਾ ਦਾ ਵੱਡਾ ਕੇਂਦਰ ਹੈ ਇਹ, ਔਰ ਮਹਾਰਾਜ ਸਾਰਿਆਂ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ। ਨੌਜਵਾਨਾਂ ਲਈ ਕੋਈ ਮੈਸੇਜ ਦੇਣਾ ਚਾਹੋਗੇ? ਨੌਜਵਾਨਾਂ ਨੂੰ ਅੱਜ ਕੱਲ੍ਹ ਦੇਖੋ ਜੋ ਨਸ਼ੇ ਦੀ ਦਲਦਲ ਹੈ, ਇਸ ਤੋਂ ਵੱਡਾ ਕੋਈ ਵੀ ਸੁਣਿਆ ਹੈ ਉਹੋ ਜਿਹਾ ਨਹੀਂ ਹੈ ਕਿ ਬਈ ਅਗਰ ਉਹ ਨਸ਼ੇ ਤੋਂ ਬਚ ਸਕਣ, ਨਸ਼ੇ ਹੋਸ਼ ਵਿੱਚ ਰਹਿਣਗੇ ਅਤੇ ਫਿਰ ਦਿਮਾਗੀ ਤੌਰ 'ਤੇ ਉਹ ਜੋਸ਼ 'ਚ ਰਹਿਣਗੇ ਅਤੇ ਫਿਰ ਹੀ ਕੁਛ ਕਰ ਸਕਦੇ ਆ। ਅਸੀਂ ਅਰਦਾਸ ਇਹੀ ਕੀਤੀ ਹੈ, ਮਨੁੱਖਤਾ ਦੇ ਲਈ ਅਰਦਾਸ ਕੀਤੀ ਹੈ। ਕੋਵਿਡ-19 ਦੀ ਜਿਹੜੀ ਮਹਾਂਮਾਰੀ ਦੁਨੀਆ ਛਾਈ ਹੋਈ ਹੈ ਉਹਦੇ ਪ੍ਰਤੀ ਹੀ ਸੀਗੇ ਕਿ ਬਈ ਮਹਾਰਾਜ ਸੁੱਖ ਰੱਖਣ। ਉਹ ਜਿਹੜਾ ਜਿਵੇਂ ਬਾਕੀ ਫੇਜ਼ਸ ਦੇ ਵਿੱਚ ਨਿਕਲ ਗਿਆ ਕਰੋਨਾ ਦੁਨੀਆ 'ਚੋਂ, ਉਸੇ ਤਰੀਕੇ ਨਾਲ ਇਹ ਫੇਜ਼ ਜਿਹੜਾ ਕਰੋਨਾ ਦਾ ਜਿਹੜਾ ਘਾਤਕ ਹੈਗਾ ਉਹ ਵੀ ਨਿਕਲ ਜਾਵੇ, ਮਨੁੱਖਤਾ ਬਚੀ ਰਹੇ, ਇੱਕ ਦੂਜੇ ਦੇ ਲੋਕ ਭਲੇ ਕਰੀ ਜਾਣ, ਔਰ ਮਨੁੱਖਤਾ ਜੀਵਿਤ ਰਹੇ, ਔਰ ਇੱਕ ਦੂਜੇ ਦਾ ਵੋਟ ਆਸਰਾ ਲੈ ਕੇ ਚੱਲਦੇ ਰਹਿਣ। ਇੱਦਾਂ ਹੀ ਹੈ। ਬਹੁਤ ਵਧੀਆ ਲੱਗਿਆ ਜੀ, ਮੈਂ ਰਮਿੰਦਰ ਜੋਤ ਬੇਦੀ ਮੇਰਾ ਨਾਮ ਹੈ, ਮੈਂ ਅੱਜ ਆਸਟ੍ਰੇਲੀਆ ਤੋਂ ਇੱਥੇ ਅੰਮ੍ਰਿਤਸਰ ਪਹੁੰਚਿਆ ਸੀ ਅਤੇ ਬਹੁਤ ਖੁਸ਼ੀ ਹੋਈ, ਵਾਹਿਗੁਰੂ ਅੱਗੇ ਅਰਦਾਸ ਕੀਤੀ ਸਭ ਦੀ ਚੜ੍ਹਦੀ ਕਲਾ ਦੀ, ਅਤੇ ਮਨ ਜਿਹੜਾ ਇੰਨਾ ਖੁਸ਼ ਹੋਇਆ ਇੱਥੇ ਪਹੁੰਚ ਕੇ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਅਤੇ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਮੈਂ ਜੀ ਸਾਰਿਆਂ ਦੀ ਚੜ੍ਹਦੀ ਕਲਾ ਲਈ, ਸਿੱਖ ਕੌਮ ਦੀ ਚੜ੍ਹਦੀ ਕਲਾ ਲਈ, ਔਰ ਦੇਖ ਕੇ ਮਨ ਬਹੁਤ ਖੁਸ਼ ਹੋਇਆ ਇੱਥੇ। ਬਹੁਤ ਵਧੀਆ ਜੀ, ਬਹੁਤ ਵਧੀਆ ਚੜ੍ਹਦੀ ਕਲਾ ਸਿੱਖ ਕੌਮ ਲਈ ਸਾਰਿਆਂ ਨੇ, ਔਰ ਬਹੁਤ ਹੀ ਚੰਗਾ ਲੱਗਾ ਸਾਰਾ ਦੇਖ ਕੇ ਜੀ, ਬਹੁਤ ਵਧੀਆ ਲੱਗਾ ਜੀ। ਮੇਰਾ ਨਾਮ ਘਨਸ਼ਾਮ ਜੀ ਹੈ, ਘਨਸ਼ਾਮ ਦਾਸ, ਔਰ ਮੈਂ ਜੈਪੁਰ ਸੇ ਆਇਆ ਹੂੰ। ਮੁਝੇ ਯਹਾਂ ਅੰਮ੍ਰਿਤਸਰ ਘੁੰਮਨੇ ਮੇਂ ਬਹੁਤ ਮਜ਼ਾ ਆਇਆ, ਔਰ ਖਾਸ ਕਰ ਆਜ ਕੇ ਦਿਨ ਗੁਰੂ ਗੋਬਿੰਦ ਸਿੰਘ ਜੀ ਕਾ ਜਨਮਦਿਨ ਉਤਸਵ ਹੈ, ਔਰ ਮੈਨੇ ਯਹਾਂ ਪਰ ਜੋ ਆਤਿਸ਼ਬਾਜ਼ੀ ਦੇਖੀ ਹੈ, ਜੋ ਅਰਦਾਸ ਵਗੈਰਾ ਦੇਖੀ ਹੈ, ਬਹੁਤ ਅੱਛੀ ਲੱਗੀ ਮੇਰੇ ਕੋ, ਕਾਫੀ ਖੁਸ਼ ਹੋਇਆ ਇਹ ਦੇਖ ਕੇ ਕਿ ਮੇਰਾ ਆਉਣਾ ਯਹਾਂ ਸਫਲ ਹੋਇਆ ਬਹੁਤ। ਔਰ ਨਹੀਂ ਸਰ, ਦੂਸਰੀ ਵਾਰ ਆਇਆ ਹੂੰ, ਪਰ ਆਜ ਬਹੁਤ ਜ਼ਿਆਦਾ ਅੱਛਾ ਲਗਾ ਮੇਰੇ ਕੋ ਯਹਾਂ ਪਰ ਆ ਕੇ, ਇਤਨਾ ਖੁਸ਼ੀ ਮਿਲੀ ਕਿ ਗੁਰੂ ਕੇ ਦਰਸ਼ਨ ਹੋਏ ਬਹੁਤ ਅੱਛੇ, ਔਰ ਯਹਾਂ ਪਰ ਆਜ ਮੇਰਾ ਪੂਰਾ ਦਿਨ ਬਿਤਾ ਹੈ, ਔਰ ਬਹੁਤ ਅੱਛਾ ਬਿਤਾ ਹੈ। ਨਹੀਂ ਪਹਿਲੇ ਕਭੀ ਨਹੀਂ ਦੇਖੀ, ਮਤਲਬ ਹਮ ਵੀ ਯਹਾਂ ਪਰ ਕਰਤੇ ਹੈ ਜੈਪੁਰ ਮੇਂ, ਪਰ ਐਸੀ ਨਹੀਂ ਹੋਤੀ ਜਿਤਨੀ ਆਜ ਕੀ ਹੈ, ਔਰ ਕਾਫੀ ਅੱਛਾ ਲਗਾ ਉਸਕੋ ਦੇਖ ਕੇ, ਆਤਿਸ਼ਬਾਜ਼ੀ ਕੋ ਬਹੁਤ ਮਨਪਸੰਦ। ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਜਲੋਸਾ ਸਰ, ਬਹੁਤ ਅੱਛਾ ਸਜਾ ਹੈ, ਮਤਲਬ ਕਾਫੀ ਹੱਦ ਤੱਕ, ਮਤਲਬ ਦੇਖਾ ਹਰ ਜਗ੍ਹਾ ਡੈਕੋਰੇਸ਼ਨ ਵਗੈਰਾ ਕੀ ਹੈ, ਦੀਏ ਵਗੈਰਾ ਜਲਾਏ ਬਹੁਤ ਸਾਰੇ, ਚਾਰੋ ਤਰਫ ਦੀਓ ਹੀ ਦੀਓ ਕੀ ਜੋਤ ਜਲੀ ਹੋਈ ਥੀ, ਪਰ ਬਹੁਤ ਅੱਛਾ ਸਜਾਇਆ ਹੋਇਆ ਹੈ, ਕਾਫੀ ਅੱਛਾ ਲਗਾ ਉਸਕੋ ਦੇਖ ਕੇ।